ਹੁਣ ਜਿਹੜਾ ਦੁੱਧ ਆ ਇਹ ਤੁਹਾਡੇ ਪਸ਼ੂ ਦੇ ਨਸਲ ਦੇ ਆਧਾਰ ਤੇ ਵਧੂਗਾ ਹੁਣ ਜੇਕਰ ਤੁਹਾਡਾ ਪਸ਼ੂ ਮੂਰਾਗਾ ਜਾਂ ਐਫ ਚੰਗੀ ਬਰੀਡ ਦੇ ਵਿੱਚ ਗਾਂ ਗਈ ਤਾਂ ਜਿੰਨਾ ਕੋ ਦੁੱਧ ਦੇ ਸਕਦੀ ਆ ਓਨਾਂ ਕ ਦੁੱਧ ਇਹ ਫਾਰਮੂਲਾ ਕਢਾ ਦੇਵੇਗਾ ਆਪਾਂ ਜਿਹੜਾ ਵੀ ਦਾਣਾ ਪਾਉਣੇ ਆ ਚਾਹੇ ਤੁਸੀਂ ਬਾਜ਼ਾਰ ਤੋਂ ਲੈ ਕੇ ਆਉਣਾ ਚਾਹੇ ਆਪਦੀ ਫੀਡ ਆ ਬਸ ਉਹਦੇ ਵਿੱਚ ਅੱਧਾ ਕਿਲੋ ਸਵੇਰ ਤੇ ਅੱਧਾ ਕਿਲੋ ਸ਼ਾਮ ਨੂੰ ਐਂਟਰ ਕਰ ਦੇਣਾ ਰੋਜ਼ 1 ਕਿਲੋ ਇਹ ਜਿਹੜਾ ਆਪਣਾ ਫਾਰਮੂਲਾ ਤਿਆਰ ਕੀਤਾ ਇਹ ਪਾਉਣਾਗਾ ਤਾਂ ਦੋਸਤੋ ਹੁਣ ਤਾਜ਼ੇ ਸੂਏ ਪਸ਼ੂ ਦਾ ਆਪਾਂ ਦੁੱਧ ਕਿਵੇਂ ਵਧਾ ਸਕਦੇ ਆ ਸਭ ਤੋਂ ਪਹਿਲਾਂ ਤਾਂ ਦੋਸਤੋ ਜੇਕਰ ਤੁਹਾਨੂੰ ਲੱਗਦਾ ਕਿ ਯਾਰ ਸਾਡਾ ਪਸ਼ੂ ਪੰਜਵੇਂ ਛੇਵੇਂ ਸੂਏ ਆ ਜਾਂ ਕਮਜ਼ੋਰ ਜਾਂ ਉਮਰ ਜ਼ਿਆਦਾ ਹੋ ਚੁੱਕੀ ਆ ਜਾਂ ਤੁਹਾਨੂੰ ਲੱਗਦਾ ਯਾਰ ਯਾਰ ਕਿਤੇ ਸਾਡਾ ਪਸ਼ੂ ਸੂਣ ਤੋਂ ਬਾਅਦ ਬੈਠਣਾ ਜਾਵੇ ਤਾਂ ਤੁਸੀਂ ਇੱਕ ਕੰਮ ਕਰਨਾ ਜਦੋਂ ਤੁਹਾਨੂੰ ਪਤਾ ਲੱਗੇ ਕਿ ਹਾਂ ਸਾਡਾ ਪਸ਼ੂ ਦੋ ਚਾਰ ਘੰਟੇ ਸੂਪੂਗਾ ਤਾਂ ਸੂਣ ਤੋਂ ਪਹਿਲਾਂ ਇੱਕ ਕੈਲਸ਼ੀਅਮ ਜੈਲ ਜ਼ਰੂਰ ਦਿਓ ਤੇ ਉਸ ਤੋਂ ਬਾਅਦ ਜਦੋਂ ਪਸ਼ੂ ਆਪਣਾ ਸੂਪੇ 12 ਘੰਟੇ ਬਾਅਦ ਇੱਕ ਕੈਲਸ਼ੀਅਮ ਜਲ ਤੇ ਉਸ ਤੋਂ ਬਾਅਦ 24 ਘੰਟੇ ਬਾਅਦ ਫਿਰ ਇੱਕ ਕੈਲਸ਼ੀਅਮ ਜਲ ਦੇਣੀ ਆ ਅਜਿਹੇ ਕਾਰਨ ਨਾਲ ਤੁਹਾਡਾ ਸੂਣ ਤੋਂ ਬਾਅਦ ਪਸ਼ੂ ਨਹੀਂ ਬੈਠੂਗਾ ਕਿਉਂਕਿ ਦੋਸਤੋ ਸੂਣ ਤੋਂ ਬਾਅਦ ਜਾਂ ਆਪਣਾ ਸੂਆ ਖਰਾਬ ਹੋ ਜਾਏ ਪਸ਼ੂ ਬਿਮਾਰ ਹੋ ਜਾਏ ਜਾਂ ਬੈਠ ਜਾਵੇ ਖਰਚਾ ਤਾਂ ਜਿਹੜਾ ਆਪਣਾ ਹੁੰਦਾ ਹੁੰਦਾ ਹੀ ਆ ਆਪਣਾ ਜਿਹੜਾ ਪਸ਼ੂ ਆ ਉਹ ਪੀਕ ਲੈਵਲ ਤੱਕ ਦੁੱਧ ਨਹੀਂ ਦੇ ਸਕਦਾ ਜਿਹੜੀ ਫੈੜ ਘਟਦੀ ਆ ਉਹ ਬੱਕਰੀ ਤਾਂ ਕਰਕੇ ਇਹ ਫਾਰਮੂਲਾ ਆਪਾਂ ਪਹਿਲੇ ਹੀ ਅਪਣਾਉਣਾ ਜੇਕਰ ਤੁਹਾਡਾ ਪਸ਼ੂ ਪਹਿਲੇ ਦੂਜੇ ਸੂਏ ਆ ਵਧੀਆ ਤੰਦਰੁਸਤੀ ਵਧੀਆ ਖੁਰਾਕ ਦਿੱਤੀ ਆ ਫੇਰ ਤੁਸੀਂ ਇਹ ਫਾਰਮੂਲਾ ਨਹੀਂ ਅਪਣਾਉਣਾ ਹੁਣ ਗੱਲ ਕਰਦੇ ਆ ਜੇਕਰ ਤੁਹਾਨੂੰ ਲੱਗਦਾ ਕਿ ਯਾਰ ਸਾਡਾ ਪਸ਼ੂ ਨਾ ਪਿਛਲੇ ਸਾਲ ਵਧੀਆ ਦੁੱਧ ਦਿੱਤਾ ਸੀਗਾ ਜ਼ਿਆਦਾ ਦੁੱਧ ਦਿੱਤਾ ਸੀਗਾ ਇਸ ਵਾਰ ਤਾਂ ਉਹਨਾਂ ਦੁੱਧ ਹੀ ਨਹੀਂ ਕੱਢ ਰਿਹਾ ਤਾਂ ਤੁਸੀਂ ਕੀ ਕਰਨਾ ਸੂਨ ਦੇ 15 16 ਦਿਨਾਂ ਬਾਅਦ ਇਹ ਫਾਰਮੂਲਾ ਅਪਲਾਈ ਕਰਨਾ ਤੇ ਉਸ ਤੋਂ ਬਾਅਦ ਮੈਨੂੰ ਕਮੈਂਟ ਕਰਕੇ ਜਰੂਰ ਦੱਸਣਾ ਕਿ ਤੁਹਾਡਾ ਪਸ਼ੂ ਦੁੱਧ ਵਧਿਆ ਕਿ ਨਹੀਂ ਆਪਾਂ ਕੀ ਕਰਨਾ ਬਸ ਆ ਦੋ ਚਾਰ ਚੀਜ਼ਾਂ ਜਾਂ ਦੇਸੀ ਜਿਹਾ ਫਾਰਮੂਲਾ ਹੀ ਹੈ ਇਹ ਆਪਾਂ ਕੀ ਕਰਨਾ ਅੱਧਾ ਕਿਲੋ ਤਾਂ ਲੈਣਾ ਸਵੇਦ ਜੀਰਾ ਚਿੱਟਾ ਜੀਰਾ ਤੇ ਅੱਧਾ ਕਿੱਲੀ ਲੈਣੀ ਹੈਗੀ ਆਪਾਂ ਸੌਫ ਤੇ 2 ਕਿਲੋ ਲੈਣਾ ਆਪਾਂ ਮੇਥੀ ਦਾਣਾ ਤੇ 2 ਕਿੱਲੀ ਲੈਣਾ ਆਪਾਂ ਤਾਰਾ ਮੀਰਾ ਤੇ 2 ਕਿੱਲੀ ਲੈਣੀ ਹੈਗੀ ਆਪਾਂ ਧਾਗੇ ਵਾਲੀ ਮਿਸ਼ਰੀ ਇਨਾਂ ਨੂੰ ਚੰਗੀ ਤਰ੍ਹਾਂ ਪੀਸ ਕੇ ਮਿਕਸ ਕਰ ਲੈਣਾ ਹੁਣ ਇਹ ਕਿੰਨਾ ਵਜ਼ਨ ਬਣ ਗਿਆ ਸਾਰਾ ਟੋਟਲ ਵੀ 2 ਕੁਲੀ ਮੇਥੀ ਦਾਣਾ ਹੋ ਗਿਆ 2 ਕੁਲੀ ਆਪਣਾ ਤਾਰਾ ਮੀਰਾ ਹੋ ਗਿਆ 2 ਕੁਲੀ ਆਪਣੀ ਹੋ ਗਈ ਮਿਸ਼ਰੀ ਅੱਧਾ ਕਿਲੋ ਹੋ ਗਿਆ ਆਪਣਾ ਚਿੱਟਾ ਜੀਰਾ ਤੇ ਅੱਧਾ ਕਿਲੋ ਸੌਂਫ 7 ਕਿਲੋ ਬਣ ਗਿਆ ਆਪਾਂ ਜਿਹੜਾ ਵੀ ਦਾਣਾ ਪਾਉਣੇ ਆ ਚਾਹੇ ਤੁਸੀਂ ਬਾਜ਼ਾਰ ਤੋਂ ਲੈ ਕੇ ਆਉਣਾ ਚਾਹੇ ਆਪਦੀ ਫੀਡ ਆ ਬਸ ਉਹਦੇ ਵਿੱਚ ਅੱਧਾ ਕਿਲੋ ਸਵੇਰ ਤੇ ਅੱਧਾ ਕਿਲੋ ਸ਼ਾਮ ਨੂੰ ਐਂਟਰ ਕਰ ਦੇਣਾ ਰੋਜ਼ 1 ਕਿਲੋ ਇਹ ਜਿਹੜਾ ਆਪਣਾ ਫਾਰਮੂਲਾ ਤਿਆਰ ਕੀਤਾ ਇਹ ਪਾਉਣਾਗਾ 7 ਦਿਨਾਂ ਦੀ ਖਰਾਕ ਆ ਤੇ 7 ਦਿਨ ਬਾਅਦ ਤੁਸੀਂ ਆਏ ਆਖੋਗੇ ਆ ਤਾਂ ਨਹੀਂ ਯਾਰ ਆ ਲਿਆ ਤਿਆਰ ਆ ਤਾਂ ਐ ਲੱਗਦਾਵੇਂ ਪਿਛਲੇ ਸੂਣ ਨੂੰ ਵੱਧਾ ਦੁੱਧ ਦੇ ਰਹੀ ਆ ਤਾਂ ਦੋਸਤੋ ਆਪਾਂ ਨਿੱਕਾ ਜਿਹਾ ਕੰਮ ਕਰਨਾ ਤੇ ਜੋ ਵੀ ਤੁਸੀਂ ਖੁਰਾਕ ਪਾ ਰਹੇ ਹੋ ਆਪਣੇ ਬੱਚ ਨੂੰ ਬਸ ਉਹਦੇ ਵਿੱਚ ਮਿਕਸ ਕਰਕੇ ਉੰਦੇ ਦੇਆ ਕਰੋ ਦੋਸਤੋ ਹੁਣ ਜਿਹੜਾ ਦੁੱਧ ਆ ਇਹ ਤੁਹਾਡੇ ਪਸ਼ੂ ਦੇ ਨਸਲ ਦੇ ਆਧਾਰ ਤੇ ਬਦੂਗਾ ਹੁਣ ਜੇਕਰ ਤੁਹਾਡਾ ਪਸ਼ੂ ਮੂਰਾਗਾ ਜਾਂ ਐਫ ਚੰਗੀ ਬਰੀਡ ਦੇ ਵਿੱਚ ਗਾਂਗੀ ਤਾਂ ਜਿੰਨਾ ਕੋ ਦੁੱਧ ਦੇ ਸਕਦੀ ਆ ਓਨਾਂ ਕ ਦੁੱਧ ਇਹ ਫਾਰਮੂਲਾ ਕਢਾ ਦੇਵੇਗਾ ਹੁਣ ਦਿਓ ਇਜਾਜ਼ਤ ਧੰਨਵਾਦ ਦੋਸਤੋ